ਮੈਂ ਇਸ ਵੇਲੇ ਨਹਿਰ ਵਾਲੀ ਸੜਕ 'ਤੇ ਡਾਕਟਰ ਹਸਪਤਾਲ ਦੇ ਆਪੋਜਿਟ ਜਿਹੜਾ ਬੱਸ ਸਟਾਪ ਉੱਥੇ ਬੈਠਾ ਤਾਂ, ਕਿਉਂਕਿ ਲਾਹੌਰ ਦੇ ਵਿੱਚ ਟਰਾਂਸਪੋਰਟ ਬੰਦ ਲੋਕਲ, ਅਤੇ ਇਸ ਵੇਲੇ ਬੱਸ ਸਟਾਪ ਦੀ ਹਾਲਤ ਵੇਖ ਲਓ, ਇੱਥੇ ਕੋਈ ਵੀ ਬੰਦਾ ਮੌਜੂਦ ਨਹੀਂ, ਨਾ ਕੋਈ ਬੱਸ ਆ ਰਹੀ ਹੈ ਅਤੇ ਨਾ ਕੋਈ ਜਾ ਰਹੀ ਹੈ, ਸੜਕ 'ਤੇ ਰਿਕਸ਼ੇ ਵਗੈਰਾ ਵੀ ਕੋਈ ਨਹੀਂ। 7:00 ਅਤੇ 24-25 ਦਾ ਟਾਈਮ ਹੈ, ਅੱਗੇ ਸਕੂਲ ਟਾਈਮ ਹੁੰਦਾ ਸੀ, ਸਕੂਲ ਜਾਣ ਵਾਸਤੇ ਬੱਚਿਆਂ ਦੀਆਂ ਬੱਸਾਂ ਅਤੇ ਗੱਡੀਆਂ ਅਤੇ ਲੰਮੀ ਕਤਾਰਾਂ ਲੱਗੀਆਂ ਹੁੰਦੀਆਂ ਸਨ, ਇਹਦੇ ਇਲਾਵਾ ਦਫ਼ਤਰਾਂ ਜਾਣ ਵਾਸਤੇ ਔਰ ਆਪਣੇ ਕੰਮੀ ਕਾਜੀ ਜਿਹੜੇ ਲੋਕ ਜਾ ਰਹੇ ਹੁੰਦੇ ਸਨ, ਅਤੇ ਇਸ ਸੜਕ 'ਤੇ ਬਹੁਤ ਜ਼ਿਆਦਾ ਭਰਪੂਰ ਟ੍ਰੈਫਿਕ ਹੁੰਦੀ ਸੀ। ਲੇਕਿਨ ਹੁਣ ਇੱਕਾ ਦੁੱਕਾ ਬੱਸਾਂ ਮੋਟਰਸਾਈਕਲਾਂ ਜਾਂ ਗੱਡੀਆਂ ਚੱਲ ਰਹੀਆਂ ਨੇ, ਇਹ ਸਿਰਫ ਉਹ ਲੋਕ ਜਾ ਰਹੇ ਨੇ ਕਿ ਜਿਹੜੇ ਮਤਲਬ ਹੈ ਕਿ ਲਾਕਡਾਊਨ ਤੋਂ ਜਿਨ੍ਹਾਂ ਨੂੰ ਇਸਤਸਨਾ ਹਾਸਲ ਹੈ, ਜਾਂ ਲਾਜ਼ਮੀ ਸਰਵਿਸਿਜ਼ ਵਾਸਤੇ ਕੁਝ ਲੋਕ ਜਾ ਰਹੇ ਨੇ, ਜਾਂ ਕੁਝ ਲੋਕ ਖਲੋਤੇ ਨੇ ਇੱਥੇ ਵੀ ਮੇਰਾ ਕਿਸੇ ਕੰਮ ਕਾਜ ਵਾਸਤੇ ਜਾ ਰਹੇ ਨੇ ਘੁੰਮਣ ਵੱਲੋਂ, ਅਤੇ ਵੇਖੋ ਇਹ ਸ਼ਹਿਰ ਮਸੂਫ ਸ਼ਹਿਰਾ ਜਿਹੜੀ ਇੱਥੋਂ ਦੀ ਕੈਨਾਲ ਰੋਡ, ਇਸ ਦੇ ਬਿਲਕੁਲ ਤਕਰੀਬਨ ਵੀਰਾਨ ਪਈ ਹੈ, ਔਰ ਇੱਕਾ ਦੁੱਕਾ ਗੱਡੀਆਂ ਜਿਹੜੀਆਂ ਪਹਿਲਾਂ ਵੀ ਤੁਹਾਨੂੰ ਦੱਸਿਆ, ਮਤਲਬ ਕੋਈ ਔਰਤ ਜਿਹਨੇ ਕਿਸੇ ਜ਼ਰੂਰੀ ਦਫ਼ਤਰ ਪਹੁੰਚਣਾ ਜਾਂ ਹਸਪਤਾਲ ਦਾ ਅਮਲਾ, ਜਾਂ ਕੋਈ ਦੁਕਾਨਦਾਰ ਜਿਹਦੀ ਕੋਈ ਦੁਕਾਨ ਨੂੰ ਪਰਮਿਸ਼ਨ ਹਾਸਲ ਹੈ, ਜਾਂ ਉਹ ਸਰਕਾਰੀ ਮੁਲਾਜ਼ਮ ਜਿਨ੍ਹਾਂ ਦੇ ਦਫ਼ਤਰ ਖੁੱਲ੍ਹੇ ਨੇ, ਅਤੇ ਉਹਨਾਂ ਤੋਂ ਇਲਾਵਾ ਸਿਰਫ ਪ੍ਰਾਈਵੇਟ ਟ੍ਰੈਫਿਕ ਚੱਲ ਰਹੀ ਹੈ, ਦੂਸਰੀ ਟ੍ਰੈਫਿਕ ਬਿਲਕੁਲ ਬੰਦ ਹੈ। ਐਜ਼ ਰਾਈ ਕਰ ਫੇਜ਼ਰ ਦੇਖੋ, ਡਾਕਟਰ ਹਸਪਤਾਲ ਦੇ ਸਾਹਮਣੇ ਵਾਲੀ ਸੜਕ ਕੈਨਾਲ, ਔਰ ਉਹ ਜਿਹੜਾ ਵੀਰਾਨ ਆਪਣਾ ਬੱਸ ਸਟੈਂਡ।